ਹਾਂਜੀ ਬੇਬੇ ਕੀ ਚਾਹੀਦਾ? ਅੱਛਾ ਰੋਟੀ ਚਾਹੀਦੀ ਹੈ, ਹੋਰ ਨਾ ਤੈਨੂੰ ਦੇਸੀ ਘਿਓ ਦੇ ਪਰੌਂਠੇ ਲਾ ਕੇ ਦੇ ਦੇਵਾਂ। ਨੂੰ ਬਣ ਕੇ ਆਈ ਆ ਮੋਰੇ, ਨੌਕਰਾਣੀ ਬਣ ਕੇ ਨੀ ਆਈ, ਲੱਗੀ ਸਮਝ ਕੇ ਸਮਝਾਵਾਂ? ਓ ਹਾਂ ਹਾਂ, ਮੈਨੂੰ ਪਤਾ ਤੂੰ ਮੇਰੇ ਤੋਂ ਰੋਟੀ ਮੰਗਦੀ ਹੈ, ਪਰ ਮੈਂ ਤੇਰੀ ਉਹਨੇ ਰੋਟੀਆਂ ਲਾਉਣ ਨਹੀਂ ਆਈ ਤੇ ਨਾ ਤੇਰੀ ਸੇਵਾ ਕਰਨ। ਨਾਲੇ ਹਾਂ, ਕੀ ਕਹਿੰਦਾ ਸੀ ਤੇਰਾ ਮੁੰਡਾ ਕਿ ਮੇਰੀ ਮਾਂ ਨੂੰ ਟਾਈਮ ਸਿਰ ਦਵਾਈ ਦੇ ਦੀ? ਮੈਂ ਉਹਨੇ ਤੇਰੀ ਨਾ ਤਾਂ ਤੈਨੂੰ ਦਵਾਈ ਦੇਵਾਂ ਤੇ ਨਾ ਹੀ ਮੈਂ ਤੇਰੀ ਸੇਵਾ ਕਰਾਂ, ਭਾਵੇਂ ਤੂੰ ਮਰ ਤੇ ਭਾਵੇਂ ਤੂੰ ਜੀ। ਕੁੜੀ ਵਿੱਚ ਧੜਕਣ ਵਧੀ ਹੋਈ ਹੈ। ਅੱਛਾ ਜੀ। ਹਾਂਜੀ, ਅਤੇ ਟਾਈਮ ਸਿਰ ਦਵਾਈ ਦਿੰਦੇ ਰਹੋ, ਠੀਕ ਹੋ ਜਾਣਗੇ। ਦਵਾਈ ਤਾਂ ਸਰ ਟਾਈਮ ਸਿਰ ਦਿੰਦੇ ਹਾਂ ਡਾਕਟਰ ਸਾਹਿਬ। ਦੇਖ ਛੋਟੇ ਭਾਈ, ਮਾਤਾ ਰਹਿੰਦੇ ਇਹਨਾਂ ਨੂੰ ਬਿਮਾਰ, ਘਰ ਬਾਰ ਅਤੇ ਇਹਨਾਂ ਨੂੰ ਸਾਹਮਣੇ ਵਾਲੇ ਕੋਈ ਚਾਹੀਦਾ ਗਾ। ਨਾਲੇ ਮੈਂ ਤੈਨੂੰ ਐਂ ਕਹਿੰਦਾ ਸੀ ਵੀ ਤੂੰ ਵਿਆਹ ਕਰਵਾ ਲਾ ਹੁਣ, ਨਾਲੇ ਮਾਤਾ ਨੂੰ ਨਾਲੇ ਘਰ ਨੂੰ ਸਾਹਮਣੇ ਵਾਲੀ ਆ ਜਾਊ ਕੋਈ। ਨਾ ਡਾਕਟਰ ਸਾਹਿਬ, ਹਜੇ ਮੈਂ ਵਿਆਹ ਨਹੀਂ ਕਰਾਉਣਾ। ਯਾਰ ਤੂੰ ਪਾਗਲ ਹੋਇਆ, ਹੁਣ ਨਹੀਂ ਤਾਂ ਫਿਰ ਕਦੋਂ ਕਰਾਵੇਂਗਾ ਵਿਆਹ? ਨਾਲੇ ਆਪਦੀ ਮਾਂ ਕਣੀ ਤਾਂ ਦੇਖ ਲਾ, ਇਹਦਾ ਵੀ ਤਾਂ ਜੀ ਕਰਦਾ ਹੈ ਨੂੰਹ ਦੇ ਹੱਥ ਦੀਆਂ ਪੱਕੀਆਂ ਖਾਣ ਨੂੰ। ਤੂੰ ਘਰ ਨੂੰ ਦੇਖੇਗਾ ਜਾਂ ਆਪਦਾ ਆਫਿਸ ਦੇਖੇਗਾ? ਦੇਖ ਛੋਟੇ ਭਾਈ, ਮੇਰੀ ਨਿਗਾਹ 'ਚ ਇੱਕ ਕੁੜੀ ਹੈਗੀ ਆ, ਜੇ ਕਹੇ ਤਾਂ ਮੈਂ ਗੱਲ ਚਲਾਵਾਂ। ਠੀਕ ਹੈ ਡਾਕਟਰ ਸਾਹਿਬ, ਚਲਾ ਲਓ ਤੁਸੀਂ ਗੱਲ। ਚੱਲ ਮੇਰੇ ਨਾਲ ਚੱਲ, ਮਾਤਾ ਜੀ ਦਵਾਈ ਫੜ ਲਈ ਕਲੀਨਿਕ 'ਚੋਂ। ਆ ਜਾ, ਠੀਕ ਚਲੋ। ਠੀਕ ਹੈ ਮਾਤਾ, ਮੈਂ ਦਵਾਈ ਫੜ ਲਿਆ। ਕਿਵੇਂ ਜੀ, ਠੀਕ ਹੋ ਤੁਸੀਂ? ਹਾਂਜੀ ਵਧੀਆ, ਤੁਸੀਂ ਦੱਸੋ? ਮੈਂ ਵੀ ਵਧੀਆ। ਮੈਂ ਨਾ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਸੀ ਯਾਰ। ਹਾਂਜੀ ਕਰੋ। ਦੇਖੋ ਪਲੀਜ਼ ਮੈਂਡ ਨਾ ਕਰਿਓ। ਨਹੀਂ ਨਹੀਂ ਤੁਸੀਂ ਦੱਸੋ। ਮੈਂ ਨਾ ਯਾਰ ਹਲੇ ਵਿਆਹ ਨਹੀਂ ਸੀ ਕਰਾਉਣਾ, ਬਸ ਮਾਂ ਦੀ ਬਿਮਾਰੀ ਕਰਕੇ ਮੈਨੂੰ ਵਿਆਹ ਕਰਾਉਣਾ ਪੈ ਗਿਆ, ਅਤੇ ਮੈਂ ਤੁਹਾਡੇ ਤੋਂ ਇੱਕੋ ਉਮੀਦ ਕਰਦਾ ਕਿ ਤੁਸੀਂ ਮਾਂ ਨੂੰ ਆਪਣੀ ਮਾਂ ਸਮਝ ਕੇ ਪਿਆਰ ਕਰੋਗੇ। ਦੇਖ ਤੁਹਾਨੂੰ ਪਤਾ ਮਾਂ ਚੱਲ ਫਿਰ ਨਹੀਂ ਸਕਦੀ। ਹਾਂਜੀ। ਅਤੇ ਪਲੀਜ਼ ਬਸ ਉਹਦੀ ਸੇਵਾ ਕਰਨੀ ਤੁਸੀਂ ਜਿੰਨੀ ਹੋ ਸਕੇ। ਕੋਈ ਗੱਲ ਨਹੀਂ ਜੀ, ਉਹ ਤੁਹਾਡੀ ਵੀ ਮਾਂ ਹੈ ਅਤੇ ਹੁਣ ਤੋਂ ਮੇਰੀ ਵੀ ਮਾਂ ਹੈ, ਮੈਂ ਉਹਦੀ ਪੂਰੀ ਸੇਵਾ ਕਰਾਂਗੀ, ਤੁਸੀਂ ਐਵੇਂ ਘਬਰਾਓ ਨਾ। ਥੈਂਕ ਯੂ ਯਾਰ, ਇਹ ਗੱਲ ਕਹਿ ਕੇ ਤੁਸੀਂ ਮੇਰੇ ਮਨ ਦਾ ਬੋਝ ਹਲਕਾ ਕਰਤਾ, ਮੈਨੂੰ ਤੁਹਾਡੇ ਤੋਂ ਇਹੀ ਉਮੀਦ ਸੀ। ਇਹਦੇ 'ਚ ਥੈਂਕ ਯੂ ਵਾਲੀ ਕਿਹੜੀ ਗੱਲ ਹੈ? ਦੇਖੋ ਮੈਨੂੰ ਤਾਂ ਰੋਟੀ ਮਿਲੇ ਟਾਈਮ ਸਿਰ ਚਾਹੇ ਨਾ ਮਿਲੇ, ਮੈਂ ਤਾਂ ਆਪ ਚੱਕ ਕੇ ਵੀ ਖਾ ਲੂੰਗਾ, ਬਸ ਕਦੇ ਮਾਂ ਦੀ ਸੇਵਾ 'ਚ ਕੋਈ ਕਸਰ ਨਾ ਰਹੇ। ਨਹੀਂ ਨਹੀਂ ਤੁਸੀਂ ਟੈਨਸ਼ਨ ਨਾ ਲਓ। ਥੈਂਕ ਯੂ ਸੋ ਮੱਚ।
ਹਾਂਜੀ ਹੋ ਗਏ ਤਿਆਰ? ਹਾਂਜੀ ਹੋ ਗਏ ਤਿਆਰ। ਆ ਗੁਆਂਢੀਆਂ ਦੇ ਜਵਾਕ ਵੀ ਨਾ ਬਾੜਾ ਹੀ ਰੋਲਾ ਪਾਉਂਦੇ ਨੇ, ਆਰਾਮ ਵੀ ਨਹੀਂ ਕਰਨ ਦਿੰਦੇ ਮੰਮੀ ਨੂੰ। ਕੋਈ ਨਾ ਜੀ, ਜਵਾਕਾਂ ਦਾ ਤਾਂ ਇਹੀ ਹਾਲ ਹੁੰਦਾ, ਜਦੋਂ ਤੇਰੇ ਹੋਏ ਨਾ ਤੈਨੂੰ ਫਿਰ ਪਤਾ ਲੱਗੂਗਾ। ਬਸ ਤੁਸੀਂ ਵੀ ਨਾ। ਕਿਵੇਂ ਠੀਕ ਆ ਮਾਤਾ? ਆ ਦੇਖ ਲਾ, ਤੂੰ ਕਹਿੰਦੀ ਸੀ ਵਿਆਹ ਕਰਵਾ ਲਾ, ਆ ਲਿਆ ਤਿੱਤਰੀ ਨੂੰ, ਪਸੰਦ ਆ ਤੈਨੂੰ? ਮੀਤ, ਤੈਨੂੰ ਪਤਾ ਮੰਮੀ ਨੂੰ 2 ਸਾਲ ਪਹਿਲਾਂ ਅਟੈਕ ਹੋ ਗਿਆ ਸੀ, ਅਤੇ ਉਸ ਤੋਂ ਬਾਅਦ ਅਧਰੰਗ, ਯਾਰ ਮੰਮੀ ਤੋਂ ਨਾ ਤਾਂ ਤੁਰਿਆ ਜਾਂਦਾ ਨਾ ਕੁਛ ਆਪ ਤੋਂ ਖਾਧਾ ਪੀਤਾ ਜਾਂਦਾ। ਹੁਣ ਮੰਮੀ ਦਾ ਤਾਂ ਸਾਰਾ ਖਿਆਲ ਰੱਖਣਾ ਅਤੇ ਘਰ ਦੇ ਕੰਮ ਵੀ ਸਾਰੇ ਤਾਂ ਕਰਨੇ ਨੇ। ਇਹ ਵੀ ਜੀ ਕੋਈ ਕਹਿਣ ਵਾਲੀ ਗੱਲ ਹੈ? ਮੈਂ ਤਾਂ ਤੁਹਾਨੂੰ ਪਹਿਲੇ ਦਿਨ ਤੋਂ ਹੀ ਕਿਹਾ ਸੀਗਾ ਵੀ ਮੈਂ ਤੁਹਾਡੀ ਮਾਂ ਨੂੰ ਸੱਸ ਨਹੀਂ ਆਪਦੀ ਮਾਂ ਸਮਝਾਂਗੀ। ਮੀਤ, ਮੰਮੀ ਨੂੰ ਰੋਟੀ ਪਾਣੀ ਤੈਨੂੰ ਆਪ ਹੀ ਫੜਾਉਣਾ ਪੈਣਾ ਹੁਣ, ਜਦੋਂ ਰੱਬ ਨੇ ਮਾਰ ਪਾ ਦਿੱਤੀ ਹੈ ਤਾਂ ਫਿਰ ਹੱਲ ਵੀ ਕੀ ਹੈ। ਮੈਂ ਮੰਮੀ ਦਾ ਧਿਆਨ ਵੀ ਰੱਖਾਂਗੀ ਅਤੇ ਨਾਲੇ ਮੰਮੀ ਨੂੰ ਰੋਟੀ ਪਾਣੀ ਵੀ ਟਾਈਮ ਸਿਰ ਦੇ ਦਾਂਗੀ। ਹਾਂ ਯਾਰ, ਆਪਣੇ ਕਿਹੜਾ ਕੰਮ ਜ਼ਿਆਦਾ ਹੈ ਕੋਈ, ਨਾ ਕੋਈ ਡੰਗਰ ਪਸ਼ੂ ਆ, ਨਾ ਕੋਈ ਦੇਖੋ, ਤੁਹਾਨੂੰ ਪਤਾ ਹੀ ਆ ਸਾਰੇ 2 ਤਾਂ ਭਾਂਡੇ ਨੇ ਆਪਣੇ। ਕੋਈ ਨਾ ਜੀ, ਮੈਂ ਸਾਰੇ ਕੰਮ ਆਪੇ ਕਰ ਲਾਂਗੀ। ਚਲੋ ਠੀਕ ਆ ਜੀ, ਹੁਣ ਮੈਂ ਆਫਿਸ ਚੱਲਦਾ ਅਤੇ ਆ ਤੁਸੀਂ ਦਵਾਈ ਸਮਝ ਲਓ, ਜਿਹੜੀ ਆਹ ਦਵਾਈ ਆ, ਇੱਕ ਖੁਰਾਕ ਰੋਟੀ ਖਾਣ ਤੋਂ ਸਵੇਰੇ ਬਾਅਦ 'ਚ, ਅਤੇ ਇੱਕ ਦੁਪਹਿਰੇ ਅਤੇ ਇੱਕ ਸ਼ਾਮ ਨੂੰ, ਇਹਦੇ 2-2 ਚਮਚੇ 3 ਟਾਈਮ ਦੇਣੇ ਆ। ਜੇ ਕਿਸੇ ਗੱਲ ਦੀ ਨਾ ਸਮਝ ਲੱਗੇ ਤਾਂ ਤੁਸੀਂ ਮੈਨੂੰ ਫੋਨ ਕਰਕੇ ਪੁੱਛ ਲਿਓ। ਠੀਕ ਹੈ ਜੀ, ਕੋਈ ਗੱਲ ਨਹੀਂ। ਇੱਕ ਤਾਂ ਮਾਤਾ ਨੂੰ ਗਲਤ ਦਵਾਈ ਨਾ ਦੇ ਦੀ, ਇੱਕ ਮਾਤਾ ਨੂੰ ਦਵਾਈ ਦੇਣੀ ਭੁੱਲੀ ਨਾ, ਜੇ ਦਵਾਈ ਨਾ ਦਿੱਤੀ ਨਾ ਤਾਂ ਮਾਤਾ ਨੂੰ ਦੌਰੇ ਪੈਣ ਲੱਗ ਜਾਣਗੇ। ਹਾਂਜੀ, ਲੱਗ ਗਈ ਸਮਝ। ਮਾਤਾ ਹੁਣ ਤੈਨੂੰ ਜੋ ਵੀ ਚੀਜ਼ ਚਾਹੀਦੀ ਹੋਈ ਨਾ, ਜੋ ਵੀ ਖਾਣਾ ਹੋਵੇ, ਇਸ਼ਾਰੇ ਵਾਲੇ ਨੂੰ ਸਮਝਾ ਦੀ, ਹੁਣ ਤੂੰ ਘਰੇ ਇਕੱਲੀ ਨਹੀਂ ਹੈਗੀ, ਇਹ ਹੈਗੀ ਹੈ ਤੇਰੀ ਨੂੰ ਹੁਣ ਸੇਵਾ ਕਰਨ ਵਾਸਤੇ ਤੇਰੀ। ਚਲੋ ਠੀਕ ਆ ਜੀ, ਮੇਰਾ ਬੈਗ ਲਿਓ, ਦਫ਼ਤਰ ਜਾਣਾ। ਹਾਂਜੀ, ਲਿਆਈ। ਚਲ ਠੀਕ ਆ ਮਾਤਾ, ਫਿਕਰ ਨਾ ਕਰੀ, ਚੰਗਾ ਹੁਣ ਮੈਂ ਜਾਣਾ ਦਫ਼ਤਰ। ਲਿਆਓ ਜੀ ਬੈਗ। ਆਲੋ ਜੀ, ਮੰਮੀ ਦਾ ਖਿਆਲ ਰੱਖੋ, ਚੰਗਾ? ਹਾਂਜੀ, ਕੋਈ ਗੱਲ ਨਹੀਂ, ਅਤੇ ਤੁਸੀਂ ਮੈਨੂੰ ਫੋਨ ਕਰ ਦਿਓ ਪਹੁੰਚ ਕੇ। ਕੋਈ ਗੱਲ ਨਹੀਂ, ਕਰ ਦਾਂਗੇ ਜਨਾਬ। ਚਲੋ ਠੀਕ ਹੈ, ਧਿਆਨ ਨਾਲ ਜਾਇਓ। ਠੀਕ ਹੈ ਜੀ। ਹਾਂਜੀ ਬੇਬੇ, ਕੀ ਚਾਹੀਦਾ? ਅੱਛਾ, ਰੋਟੀ ਚਾਹੀਦੀ ਹੈ। ਹੋਰ ਨਾ ਤੈਨੂੰ ਦੇਸੀ ਘਿਓ ਦੇ ਪਰੌਂਠੇ ਲਾ ਕੇ ਦੇ ਦਵਾਂ। ਨੂੰ ਬਣ ਕੇ ਆਈ ਆ ਮੇਰੇ, ਨੌਕਰਾਣੀ ਬਣ ਕੇ ਨਹੀਂ ਆਈ, ਲੱਗੀ ਸਮਝ ਕਿ ਸਮਝਾਵਾਂ? ਓ ਹਾਂ ਹਾਂ, ਮੈਨੂੰ ਪਤਾ ਤੂੰ ਮੇਰੇ ਤੋਂ ਰੋਟੀ ਮੰਗਦੀ ਹੈ, ਪਰ ਮੈਂ ਤੇਰੀ ਉਹਨੇ ਰੋਟੀਆਂ ਲਾਉਣ ਨਹੀਂ ਆਈ ਤੇ ਨਾ ਤੇਰੀ ਸੇਵਾ ਕਰਨ। ਨਾਲੇ ਹਾਂ, ਕੀ ਕਹਿੰਦਾ ਸੀ ਤੇਰਾ ਮੁੰਡਾ ਵੀ ਮੇਰੀ ਮਾਂ ਨੂੰ ਟਾਈਮ ਸਿਰ ਦਵਾਈ ਦੇ ਦੀ, ਮੈਂ ਉਹਨੇ ਤੇਰੀ ਨਾ ਤਾਂ ਤੈਨੂੰ ਦਵਾਈ ਦੇਵਾਂ ਤੇ ਨਾ ਹੀ ਮੈਂ ਤੇਰੀ ਸੇਵਾ ਕਰਾਂ, ਭਾਵੇਂ ਤੂੰ ਮਰ ਤੇ ਭਾਵੇਂ ਤੂੰ ਜੀ। ਤੇ ਨਾਲੇ ਹਾਂ, ਜੇ ਆਹ ਸਾਰੀਆਂ ਗੱਲਾਂ ਆਪਣੇ ਮੁੰਡੇ ਨੂੰ ਦੱਸੀਆਂ ਨਾ ਤਾਂ ਮੈਂ ਤੇਰੇ ਮੁੰਡੇ ਨੂੰ ਛੱਡ ਕੇ ਚੱਲ ਜਾਂਗੀ। ਨਾਲੇ ਮੈਂ ਚੱਲੀ ਆ ਹੁਣ ਆਪਣੇ ਕਮਰੇ 'ਚ, ਜੇ ਮੈਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਵੀ ਕੀਤੀ ਨਾ ਤਾਂ ਮੈਂ ਤੇਰਾ ਉਹ ਹਾਲ ਕਰਾਂਗੀ ਜਿਹੜਾ ਤੂੰ ਸਾਰੀ ਜ਼ਿੰਦਗੀ ਯਾਦ ਰੱਖੇਂਗੀ। ਰੋਟੀ ਬੜੀ ਸਵਾਦ ਆ, ਤੇਰੇ ਹੱਥ ਦੀ ਰੋਟੀ ਤਾਂ ਮੈਨੂੰ ਬੜੀ ਸਵਾਦ ਲੱਗਦੀ ਆ। ਮੇਰੇ ਹੱਥ ਦੀਆਂ ਸਵਾਦ ਖਾਈ ਜਾਇਆ ਕਰੀ, ਆਪ ਨਾ ਕਿਤੇ ਖਵਾਈ ਮੈਨੂੰ, ਆ ਮੇਰੀ ਨੂੰਹ ਲਿਆਵੇਂ ਵੀ ਮੈਨੂੰ ਖਵਾ ਦੇਵੇਂ ਰੋਟੀ। ਉਹ ਕੋਈ ਨਾ ਬੇਬੇ, ਕੋਈ ਸੋਹਣੀ ਜਿਹੀ ਕੁੜੀ ਮਿਲੇ ਤਾਂ ਸਹੀ, ਮੈਂ ਝੱਟ ਵਿਆਹ ਕਰਵਾ ਲਊਂ। ਤੈਨੂੰ ਤਾਂ ਪਸੰਦ ਹੀ ਨਹੀਂ ਆਉਂਦੀ ਆ, ਕਿਤੇ ਕਿਸੇ ਦਾ ਨੱਕ ਮੋਟਾ, ਕੋਈ ਮਾਦਰੀ ਆ, ਕੋਈ ਕਾਲੀ ਆ, ਕੋਈ ਗੋਰੀ ਆ। ਉਹ ਲੈ ਬੇਬੇ,
ਫਿਰ ਤੇਰੇ ਪੁੱਤ ਦੇ ਬਰਾਬਰ ਦੀ ਵੀ ਤਾਂ ਹੋਵੇ ਕੋਈ, ਤੇਰੇ ਪੁੱਤ ਨਾਲ ਤੁਰੀ ਜਾਂਦੀ ਸੋਹਣੀ ਵੀ ਤਾਂ ਲੱਗਣੀ ਚਾਹੀਦੀ ਆ। ਪੁੱਤ ਜੇ ਤੂੰ ਵਿਆਹ ਕਰਵਾ ਲਵੇਂ ਮੇਰਾ ਵੀ ਖੜਾ ਸੁੱਟ ਜੇ ਕੰਮ ਤੋਂ, ਮੈਂ ਕਿੰਨਾ ਕੁ ਚਿਰ ਤੇਰਾ ਲੰਗਰ ਥੱਪੀ ਜਾਊਂ। ਜੇ ਤੂੰ ਵਿਆਹ ਕਰਵਾ ਲਏ ਮੈਨੂੰ ਵੀ ਸੁੱਖ ਮਿਲ ਜੇ ਪੁੱਤ। ਉਹ ਬੇਬੇ ਪਹਿਲਾਂ ਸੋਹਣੀ ਜਿਹੀ ਕੁੜੀ ਲੱਭ ਤਾਂ ਸਹੀ। ਵੀ ਸੋਹਣੀਆਂ ਤਾਂ ਮੈਂ ਇੱਥੇ ਨੂੰ 50 ਲੱਭਦੇ ਹਾਂ, ਤੂੰ ਹੀ ਨਹੀਂ ਪਸੰਦ ਕਰਦਾ ਹੈਗਾ। ਉਹ ਬੇਬੇ ਮੇਰੇ ਕਿਹੜਾ ਸਾਰੇ ਦੀ ਗੱਲ ਆ, ਚੱਲ ਤੂੰ ਹੀ ਨਾ ਫਿਕਰ ਕਰਿਆ ਕਰ, ਜਦੋਂ ਸੰਯੋਗ ਹੋਏ ਆਪ ਹੀ ਲੱਭ ਜੂ। ਜਿਨ੍ਹਾਂ ਦੇ ਪੁੱਤ ਗੱਭਰੂ ਪੁੱਤ ਹੋ ਜਾਂਦੇ ਆ ਨਾ ਮਾਵਾਂ ਦੇ, ਉਹਨਾਂ ਨੂੰ ਫਿਕਰ ਹੁੰਦਾ ਹੀ ਆ। ਉਹ ਚੱਲ ਮਾਂ ਕੋਈ ਨਾ, ਤੂੰ ਰੋਟੀ ਖਵਾਉਣ ਵਾਲੇ ਮੈਨੂੰ। ਪੁੱਤ ਕੁੜੀ ਮੈਨੂੰ ਮਾਂ ਮੰਨੇ, ਮੈਂ ਆਪਣੀ ਨੂੰਹ ਨੂੰ ਧੀ ਬਣਾ ਕੇ ਰੱਖੂੰਗੀ। ਉਹ ਮਾਂ ਤੈਂ ਕਿਹੜਾ ਕੋਈ ਪਾਪ ਕੀਤਾ, ਤੂੰ ਫਿਕਰ ਨਾ ਕਰ, ਤੇਰੀ ਨੂੰਹ ਤੇਰੀ ਸੇਵਾ ਕਰਨ ਵਾਲੀ ਹੀ ਆਊਗੀ। ਨਾ ਚੱਲ ਸਾਡੇ ਖੜਾ ਪੁੱਤ ਰੋਟੀ ਖਾ। ਉਹ ਮਾਂ ਮੈਂ ਤਾਂ ਰੱਜ ਗਿਆ, ਹੁਣ ਤੂੰ ਖਾ ਲੈ ਆ ਲੈ। ਪਾਲਦੀ ਹੈ ਮੇਰੇ ਤੋਂ ਪਰੌਂਠੇ, ਹੋਰ ਨਾ ਮੈਨੂੰ ਪੂੜੇ ਲਾ ਕੇ ਦੇ ਦੇਵਾਂ। ਮੁੰਡਾ ਤਾਂ ਇਹਦਾ ਚੱਲ ਜਾਂਦਾ, ਵੀ ਮੇਰੀ ਮਾਂ ਨੂੰ ਟਾਈਮ ਸਿਰ ਦਵਾਈ ਦੇ ਦੀ, ਮੈਂ ਉਹਦੇ ਦਵਾਈ ਲੈਣ ਨੂੰ ਉਹਦੀ ਮਾਂ ਦੀ ਨਰਸ ਬੈਠੀ ਹਾਂ। ਨੌਕਰਾਣੀ ਬਣ ਕੇ ਰਹਿ ਗਈ, ਕੈਸਾ ਭੈੜਾ ਦਿਨ ਸੀਗਾ ਜਦੋਂ ਮੈਂ ਨਾ ਵਿਆਹ ਕਰਾ ਲਿਆ। ਉੱਤੋਂ ਵਿਚੋਲਾ ਵੀ ਕਹਿੰਦਾ ਤੂੰ ਤਾਂ ਐਸ਼ ਕਰੇਂਗੀ, ਆਹ ਕਰ ਰਹੀ ਹਾਂ ਐਸ਼, ਇਸੇ ਜੋਗੀ ਰਹਿ ਗਈ ਮੈਂ ਤਾਂ। ਦਫ਼ਾ ਕਰ, ਮੈਂ ਵੀ ਆਪਣਾ ਕਿਉਂ ਦਿਮਾਗ ਖਰਾਬ ਕਰ ਰਹੀ ਹਾਂ, ਫੋਨ ਹੀ ਚਲਾ ਲੈਂਦੀ ਹਾਂ। ਕੀ ਨਵਾਂ ਸਿਆਪਾ ਕਰਤਾ ਹੁਣ ਇਹਨੇ, ਕਿਹੜੇ ਭਾਂਡੇ ਖੜਕਾਈ ਜਾਂਦੀ ਹੈ। ਤੋੜ ਦੇ ਜਿਹੜੇ ਚਾਰ ਭਾਂਡੇ ਦਿਖਦੇ ਨੇ, ਮਚਾ ਦੇ ਇਹਨਾਂ ਨੂੰ ਵੀ। ਹੁਣ ਸਿਆਪਾ ਪਾਣੀ ਡੋਲਤਾ ਉਰੇ, ਮੈਨੂੰ ਹੀ ਸਿਆਪਾ ਸਾਰਾ ਕਰਨਾ ਪੈਣਾ। ਉਹ ਜਿਹੜੀ ਤੇਰੀ ਲੱਤ ਨਾ, ਸਾਫ ਲਾ ਲਈ ਇਹਨੂੰ, ਤੋੜ ਕੇ ਰੱਖ ਦਾਂਗੀ। ਲਿਆਉਣੀ ਆ ਮੈਂ ਪੋਚਾ। ਬੁੜੀਏ ਹੁਣ ਤਾਂ ਮੈਂ ਪੋਚਾ ਲਾਤਾ, ਜੇ ਦੁਬਾਰਾ ਤੇਰੇ ਹੱਥ ਜੇ ਹਿੱਲੇ ਨਾ ਤਾਂ ਆਪਦਾ ਹਿਸਾਬ ਲਾ ਲਈ। ਮਾੜੇ ਮੋਟੇ ਜਿਹੜੇ ਤੇਰੇ ਹੱਥ ਹਿੱਲਦੇ ਨਾ ਇਹਨੂੰ ਥੋੜਾ ਕਾਬੂ 'ਚ ਰੱਖਿਆ ਕਰ। ਪਹਿਲਾਂ ਤਾਂ ਮੂੰਹ ਜਿਹਾ ਬਿੰਗਾ ਕਰਕੇ ਸਾਈਡ 'ਤੇ ਪੈ ਜਾਂਦੀਆਂ ਨੇ, ਫਿਰ ਇਹਨਾਂ ਨੂੰ ਸੇਵਾ ਕਰਨ ਵਾਸਤੇ ਨੂੰਹਾਂ ਚਾਹੀਦੀਆਂ ਨੇ। ਹਾਂਜੀ ਹਾਂਜੀ ਮੈਂ ਪਹੁੰਚ ਗਿਆ ਸੀ ਆਫਿਸ। ਠੀਕ ਹੈ ਜੀ, ਹੋਰ ਮੰਮੀ ਨੂੰ ਰੋਟੀ ਖਵਾਤੀ ਸੀ? ਹਾਂਜੀ ਹਾਂਜੀ ਮੈਂ ਖਵਾਤੀ ਸੀ ਰੋਟੀ, ਤੇ ਨਾਲੇ ਦਵਾਈ ਵੀ ਦੇ ਦਿੰਦੀ, ਤੇ ਦੋ ਕਿ ਦਿਨ ਰਹਿ ਗਈ ਸੀ, ਬਾਕੀ ਆਉਂਦਾ ਹੋਵਾਂ ਲੈ ਆਉਂਗਾ ਬਾਜ਼ਾਰੋਂ। ਕੋਈ ਗੱਲ ਨਹੀਂ ਜੀ, ਮੈਂ ਦੇ ਦੇਣੀ ਹੈ ਦਵਾਈ। ਥੈਂਕ ਯੂ ਯਾਰ, ਤੂੰ ਕਿੰਨਾ ਕਰਦੀ ਹੈ ਮੇਰੀ ਮਾਂ ਦਾ। ਚੱਲ
ਸ਼ਾਮੀ 5 ਵਜੇ ਆਉਂਗਾ ਘਰ ਮੈਂ। ਠੀਕ ਹੈ ਜੀ, ਓਕੇ ਓਕੇ ਜੀ, ਬਾਏ ਬਾਏ। ਜੇ ਮੈਂ ਇਹਨੂੰ ਦਵਾਈ ਨਾ ਦਿੱਤੀ ਐਂ ਤਾਂ ਇਹਦਾ ਮੁੰਡਾ ਮੇਰੇ 'ਤੇ ਸ਼ੱਕ ਕਰੇਗਾ। ਮੈਂ ਕਰਦੀ ਹਾਂ ਜਿਹੜੀ ਸਵੇਰ ਵਾਲੀ ਖੁਰਾਕ ਹੈ ਨਾ ਉਹ ਚੱਕ ਕੇ ਮੈਂ ਬਾਹਰ ਸੁੱਟ ਦਾਂਗੀ, ਨਾ ਇਹਨੂੰ ਦਵਾਈ ਦੇਵਾਂਗੀ ਅਤੇ ਨਾ ਇਹ ਠੀਕ ਹੋਏਗੀ। ਬਾਲੀ ਖੁਸ਼ ਨਾ ਹੋ ਬੁੜੀਏ, ਆ ਗੋਲੀਆਂ ਮੈਂ ਤੈਨੂੰ ਦੇਣ ਵਾਸਤੇ ਨਹੀਂ ਕੱਢੀਆਂ, ਬਾਹਰ ਸੁੱਟਣ ਵਾਸਤੇ ਕੱਢੀਆਂ। ਨਾਲੇ ਹਾਂ, ਜੇ ਤੂੰ ਆ ਕਰਕੇ ਆਪਣੇ ਮੁੰਡੇ ਨੂੰ ਆ ਸਾਰੀ ਗੱਲ ਦੱਸੀ ਨਾ ਤਾਂ ਤੇਰੇ ਮੁੰਡੇ ਨੂੰ ਛੱਡ ਕੇ ਚੱਲ ਜਾਵਾਂਗੀ। ਲੈ 5 ਵੱਜਣ ਵਾਲੇ ਨੇ, ਇਹਨਾਂ ਦਾ ਤਾਂ ਆਉਣ ਦਾ ਟਾਈਮ ਹੋ ਗਿਆ। ਬੁੜੀ ਦੀ ਸੇਵਾ ਕਰ ਲੈਂਦੀ ਹਾਂ, ਕਿਤੇ ਸ਼ੱਕ ਹੋ ਜਾਏ ਇਹਨੂੰ। ਲੈ ਵੀ ਬੁੜੀਏ, ਦੇ ਆਪਦੇ ਲੱਤਾਂ ਅੱਗੇ, ਥੋੜ੍ਹੀ ਬਹੁਤੀ ਸੇਵਾ ਕਰਦਾ। ਇਹ ਨਾ ਸੋਚੀ ਵੀ ਮੈਂ ਤੇਰੀ ਸੱਚੀ ਹੋਈ ਸੇਵਾ ਕਰਾਂਗੀ, ਮੈਂ ਤਾਂ ਤੇਰੇ ਮੁੰਡੇ ਨੂੰ ਦਿਖਾਉਣ ਵਾਸਤੇ ਡਰਾਮਾ ਕਰ ਰਹੀ ਹਾਂ। ਚੱਲ ਕੋਈ ਨਹੀਂ, ਤੇਰਾ ਮੁੰਡਾ ਆਉਣ ਵਾਲਾ ਹੀ ਹੈ। ਲੈ ਆ ਗਿਆ। ਹਾਂਜੀ ਆ ਗਏ ਤੁਸੀਂ? ਹਾਂਜੀ ਆ ਗਿਆ। ਕਿਵੇਂ ਬੇਬੇ, ਠੀਕ ਆ? ਦੇਖ ਲੈ ਤੇਰੀ ਨੂੰਹ ਕਿੰਨੀ ਚੰਗੀ ਆ, ਕਿੰਨੀ ਸੇਵਾ ਕਰਦੇ ਤੇਰੀ। ਚਲੋ ਤੁਸੀਂ ਅੰਦਰ ਜਾ ਕੇ ਬੈਠੋ, ਮੈਂ ਤੁਹਾਡੇ ਲਈ ਪਾਣੀ ਲੈ ਕੇ ਆਉਂਦੀ ਹਾਂ। ਮੇਰੇ ਤੋਂ ਐਂ ਕਰ, ਪੂਰੀ ਲਿਆ ਦੇ ਪਾਣੀ ਮੇਰੇ ਵਾਸਤੇ। ਕੋਈ ਗੱਲ ਨਹੀਂ ਜੀ, ਤੁਸੀਂ ਥੱਕ ਗਏ ਹੋਵੋਗੇ, ਅੰਦਰ ਰੈਸਟ ਕਰ ਲਓ। ਉਹ ਕੋਈ ਨਾ ਯਾਰ, 2 ਮਿੰਟ ਬੇਬੇ ਕੋਲ ਵੀ ਬਹਿ ਜਾਂਦਾ ਮੈਨੂੰ। ਬਹਿ ਜਾਓ, ਮੈਂ ਕਿਹੜਾ ਮਨਾ ਕੀਤਾ, ਫਰੈਸ਼ ਤਾਂ ਹੋ ਜਾਓ ਪਹਿਲਾਂ ਜਾ ਕੇ। ਉਹ ਚਲੋ ਠੀਕ ਹੈ ਬਾਬਾ, ਚਲ ਠੀਕ ਹੈ ਬੇਬੇ, ਮੈਂ ਫਰੈਸ਼ ਹੋ ਲਾਂ ਫਿਰ ਆਉਣਾ ਤੇਰੇ ਕੋਲ। ਠੀਕ ਹੈ, ਚਲੋ ਲਿਆਓ ਜੀ ਪਾਣੀ। ਬਸ ਬਹੁਤ ਹੋ ਗਈ ਸੇਵਾ, ਪੈ ਤੁਰੀ। ਹੈਲੋ ਜੀ, ਪਾਣੀ। ਥੈਂਕ ਯੂ, ਬੈਠ ਜਾਓ ਜੀ। ਹੋਰ ਆਫਿਸ 'ਚ ਕੰਮ ਕਿੱਦਾਂ ਰਿਹਾ ਅੱਜ? ਹਾਂਜੀ ਠੀਕ ਸੀ। ਜਰਮੀਤ, ਹਾਂਜੀ, ਤੂੰ ਕਿੰਨੀ ਚੰਗੀ ਆਏ ਹੋ ਨਾ, ਸਾਰਾ ਦਿਨ ਬੇਬੇ ਕੋਲ ਬੈਠੀ ਰਹੀ ਅਤੇ ਉਹਦੀ ਸੇਵਾ ਕਰਦੀ ਰਹੀ, ਮੈਂ ਤੇਰਾ ਅਹਿਸਾਨ ਕਿਵੇਂ ਭੁੱਲੂੰਗਾ ਯਾਰ। ਜੇ ਤਾਂ ਕੋਈ ਅਹਿਸਾਨ ਵਾਲੀ ਗੱਲ ਨਹੀਂ, ਜਿਵੇਂ ਤੁਹਾਡੀ ਮਾਂ ਹੈ ਨਾ ਉਵੇਂ ਮੇਰੀ ਮਾਂ ਹੈ, ਮੈਂ ਤਾਂ ਅੱਜ ਤੱਕ ਕਦੇ ਫਰਕ ਹੀ ਨਹੀਂ ਸਮਝਿਆ। ਯਾਰ ਤੂੰ ਚੰਗੇ ਘਰ ਦੀ ਧੀ ਆ ਅਤੇ ਤੇਰੇ ਵਰਗੀ ਘਰ ਵਾਲੀ ਕਰਮਾਂ ਨਾਲ ਮਿਲਦੀ ਆ। ਕਰਮ ਤਾਂ ਜੀ ਮੇਰੇ ਚੰਗੇ ਹੈ, ਜਿਹੜਾ ਮੈਨੂੰ ਤੁਸੀਂ ਮਿਲੇ। ਥੈਂਕ ਯੂ ਜੀ ਇੰਨਾ ਮਾਣ ਸਤਿਕਾਰ ਦੇਣ ਲਈ। ਥੈਂਕ ਯੂ ਨਾਲ ਤਾਂ ਗੱਲ ਨਹੀਂ ਬਣਨੀ, ਮੈਨੂੰ ਕਿਤੇ ਘੁੰਮਾਉਣ ਲੈ ਕੇ ਜਾਣਾ ਪੈਣਾ। ਅੱਛਾ ਆ ਗਏ ਫਿਰ ਜਨਾਨੀਆਂ ਲੱਛਣਾਂ ਦੇ, ਘੁੰਮਣ ਜਾਣਾ? ਹਾਂਜੀ। ਚੱਲ ਇਹ ਦੱਸ ਕਿੱਥੇ ਜਾਣਾ ਫਿਰ? ਸ਼ਿਮਲੇ ਜਾਂ ਫਿਰ ਮਨਾਲੀ। ਸ਼ਿਮਲੇ ਜਾਂ ਮਨਾਲੀ, ਚੱਲ ਐਂ ਕਰਦੇ ਹਾਂ ਫਿਰ ਅਗਲੇ ਹਫ਼ਤੇ ਚੱਲਦੇ ਹਾਂ, ਨਾਲੇ ਮਾਸੀ ਨੂੰ ਬੁਲਾ ਲਾਂਗੇ 4-5 ਦਿਨਾਂ ਵਾਸਤੇ।
ਬੇਬੇ ਨੂੰ ਉਹ ਸੰਭਾਲ ਲੈਣਗੇ। ਅਗਲੇ ਹਫ਼ਤੇ ਕਿਉਂ, ਹੁਣ ਕਿਉਂ ਨਹੀਂ? ਯਾਰ ਤੈਨੂੰ ਪਤਾ ਤਾਂ ਹੈਗਾ ਬੇਬੇ ਦੀ ਦਵਾਈ ਖਤਮ ਹੋਣ ਵਾਲੀ ਆ, ਨਾਲੇ ਉਹਨੂੰ ਹਸਪਤਾਲ ਵੀ ਲੈ ਕੇ ਜਾਣਾ, ਤਾਂ ਕਰਕੇ ਆ ਆਪਾਂ ਅਗਲੇ ਹਫ਼ਤੇ ਵਗ ਚੱਲਾਂਗੇ। ਚਲੋ ਠੀਕ ਹੈ ਜੀ, ਜਿਵੇਂ ਤੁਹਾਨੂੰ ਠੀਕ ਲੱਗਦਾ। ਨਾ ਤੂੰ ਐਂ ਮੂੰਹ ਜਿਹਾ ਕਿਵੇਂ ਬਣਾ ਰਿਹਾ, ਜੇ ਕੋਈ ਗਲਤ ਤਾਂ ਦੱਸ ਦੇ। ਨਹੀਂ ਜੀ, ਇੱਦਾਂ ਦੀ ਤਾਂ ਕੋਈ ਗੱਲ ਨਹੀਂ ਹੈਗੀ। ਚਲੋ ਟਾਈਮ ਜ਼ਿਆਦਾ ਹੋ ਰਿਹਾ, ਮੈਂ ਰੋਟੀ ਬਣਾ ਲਾ ਜਾ ਕੇ, ਤੁਸੀਂ ਰੈਸਟ ਕਰ ਲਓ। ਠੀਕ ਹੈ ਜੀ, ਬਣਾ ਲਓ। ਹੈਲੋ ਜੀ, ਰੋਟੀ ਖਾ ਲਓ। ਰੋਟੀ ਜੀ ਲਿਆਓ ਮੈਡਮ ਜੀ, ਨਾਲੇ ਤੁਹਾਡੀ ਫੇਵਰੇਟ ਸਬਜ਼ੀ ਬਣਾਈਏ। ਉਹ ਤਾਂ ਠੀਕ ਆ, ਜ਼ਰਾ ਪਹਿਲਾਂ ਮੈਂ ਮੰਮੀ ਨੂੰ ਰੋਟੀ ਖਵਾ ਕੇ ਆਉਣਾ, ਰੋਟੀ ਖਾ ਕੇ ਫਿਰ ਦਵਾਈ ਵੀ ਲੈਣੀ ਨੇ ਮੰਮੀ। ਓਹੋ, ਤੁਸੀਂ ਫਿਕਰ ਕਾਹਨੂੰ ਕਰਦੇ ਹੋ, ਮੈਂ ਰੋਟੀ ਖਵਾ ਕੇ ਆਈ ਹਾਂ ਮੰਮੀ ਨੂੰ। ਚੱਲ ਠੀਕ ਆ ਫਿਰ, ਰੋਟੀ ਖਾ ਕੇ ਨਾ ਮੈਂ ਦਵਾਈ ਮੰਮੀ ਨੂੰ ਆਪੀ ਦੇਵਾਂਗਾ। ਸਾਰੀ ਉਮਰ ਤੁਸੀਂ ਸੇਵਾ ਕੀਤੀ ਹੈ ਮੰਮੀ ਦੀ, ਮੈਨੂੰ ਵੀ ਤਾਂ ਮੌਕਾ ਦਿਓ ਸੇਵਾ ਕਰਨ ਦਾ। ਤੂੰ ਥੱਕ ਜਾਂਦੀ ਹੋਵੇਂਗੀ ਯਾਰ, ਮੈਨੂੰ ਤੇਰੇ 'ਤੇ ਤਰਸ ਆ ਜਾਂਦਾ, ਜੇ ਤੇਰੀ ਮੈਂ ਹੈਲਪ ਕਰ ਦੂੰ ਫਿਰ ਕੀ ਹੋਜੂ? ਅੱਛਾ, ਹੈਲਪ ਕਰਨੀ ਹੈ ਤੁਸੀਂ ਮੇਰੀ, ਤਾਂ ਜਾ ਕੇ ਭਾਂਡੇ ਮਾਂਜ ਦਿਓ ਫਿਰ। ਕੋਈ ਨਾ ਜੀ, ਭਾਂਡੇ ਵੀ ਮਾਂਜ ਦੂੰ, ਜਦ ਤੂੰ ਮੇਰੀ ਖਾਤਰ ਇੰਨਾ ਕਰਦੀ ਆ ਤਾਂ ਮੈਂ ਇੰਨਾ ਵੀ ਨਹੀਂ ਕਰ ਸਕਦਾ, ਆਪਾਂ ਦੋਨੇ ਰਲ ਕੇ ਕੰਮ ਕਰਿਆ ਕਰਾਂਗੇ ਸਾਰੇ। ਜਦੋਂ ਤੂੰ ਨਹੀਂ ਸੀ ਆਈ ਮੰਮੀ ਬੈੱਡ 'ਤੇ ਸੀ, ਉਹਦੇ ਵੀ ਤਾਂ ਸਾਰੇ ਕੰਮ ਮੈਂ ਆਪ ਹੀ ਕਰਦਾ ਸੀ। ਅੱਛਾ ਚਲੋ ਕੋਈ ਗੱਲ ਨਹੀਂ ਜੀ, ਚਲੋ ਆ ਜਾਓ ਆਪਾਂ ਰੋਟੀ ਖਾਂਦੇ ਰਲ ਮਿਲ ਕੇ। ਹੱਸਣ ਵਾਲੀ ਗੱਲ ਆ ਯਾਰ, ਤੁਸੀਂ ਵੀ ਤਾਂ ਕੰਮ ਕਰਦੇ ਹੋ। ਤੁਹਾਨੂੰ ਕੰਮ ਕਰਦੇ ਹੋਏ ਪਹਿਲੀ ਵਾਰ ਦੇਖਿਆ ਨਾ, ਤਾਂ ਕਰਕੇ। ਇਹ ਵੀ ਕੋਈ ਵੱਡੀ ਗੱਲ ਆ? ਚਲੋ ਗੱਲਾਂ ਦੀ ਗੱਲਾਂ, ਹੁਣ ਭਾਂਡੇ ਮਾਂਜੋ ਫਟਾਫਟ। ਉਹ ਮਾਂਜਦੇ ਮਹਾਰਾਜ ਮਾਲਕੋ। ਕੋਈ ਨਾ, ਕਰਦੀ ਆ ਤੇਰੀ ਮਾਂ ਦੀ ਸੇਵਾ, ਜੇ ਕਿਤੇ ਜਾਣਾ ਹੋਵੇ ਤਾਂ ਤੇਰੀ ਮਾਂ ਮੂਰੇ, ਜੇ ਕੁਛ ਖਾਣਾ ਹੋਵੇ ਤਾਂ ਤੇਰੀ ਮਾਂ ਮੂਰੇ, ਮਾਲਾ ਚਮਚਾ ਕਿਸੇ ਥਾਂ ਦਾ। ਕੋਈ ਨਾ ਪੁੱਤ, ਕਰਦੀ ਆ ਤੇਰੀ ਮਾਂ ਦਾ ਇਲਾਜ ਚੰਗੀ ਤਰ੍ਹਾਂ। ਹਾਂਜੀ ਹੋ ਗਏ ਤਿਆਰ? ਹਾਂਜੀ ਹੋ ਗਿਆ ਜੀ। ਆ ਲਓ ਜੀ, ਤੁਹਾਡਾ ਟਿਫਿਨ ਪੈਕ ਕਰਤਾ ਮੈਂ। ਬਈ ਟਾਈਮ ਟੇਬਲ ਤਾਂ ਤੇਰਾ ਬੜਾ ਸਹੀ ਹੈ ਯਾਰ, ਮੈਂ ਵੀ ਅੱਜ ਜਲਦੀ ਨਿਕਲਣਾ ਸੀ, ਲੇਟ ਹੋ ਰਿਹਾ ਥੋੜ੍ਹਾ ਜਿਹਾ। ਕੋਈ ਨਾ ਜੀ, ਤੁਸੀਂ ਬੇਫਿਕਰ ਹੋ ਕੇ ਚਲ ਜਾਓ। ਚਲੋ ਠੀਕ ਹੈ ਜੀ, ਮੈਂ ਮਾੜਾ ਬੇਬੇ ਨੂੰ ਮਿਲਣਾ, ਉਹ ਵਿਚਾਰੀ ਸਾਰਾ ਦਿਨ ਮੰਜੇ 'ਤੇ ਪਈ ਰਹਿੰਦੀ ਹੈ, ਜਦੋਂ ਵੀ ਜਾਂਦਾ ਨਾ ਮੈਂ ਕਿੱਥੋਂ ਤਾਂ ਬੇਬੇ ਨੂੰ ਮਿਲ ਕੇ ਹੀ ਜਾਂਦਾ ਮੈਂ। ਜੀ ਤੁਹਾਡਾ ਵੀ ਕੋਈ ਹਾਲ ਨਹੀਂ, ਸਵੇਰੇ ਸ਼ਾਮ ਤੁਸੀਂ ਮੰਮੀ ਕੋਲ ਬਹਿੰਦੇ ਹੋ, ਮੈਂ ਤਾਂ ਸਾਰਾ ਕੰਮ ਨਿਬੇੜ ਕੇ ਮੰਮੀ ਕੋਲ ਹੀ ਬੈਠੀ ਰਹਿੰਦੀ ਹਾਂ। ਉਹ ਚੱਲ ਯਾਰ, ਥੈਂਕ ਯੂ, ਬਸ ਉਹਨੂੰ ਦਵਾਈ ਟਾਈਮ ਨਾਲ ਦੇ ਦਿਆ ਕਰ, ਬਾਕੀ ਤੂੰ ਵੀ 2 ਘੰਟੇ ਆਰਾਮ ਕਰ ਲੈ ਕਰ। ਜੀ ਕੋਈ ਗੱਲ ਨਹੀਂ, ਟਾਈਮ 'ਚ ਦਵਾਈ ਵੀ ਦੇ ਦਿੰਦੀ ਹਾਂ ਅਤੇ ਰੋਟੀ ਵੀ ਦੇ ਦਿੰਦੀ ਹਾਂ। ਅਤੇ ਨਾਲੇ ਐਂ ਕਰੀ, ਅੱਜ ਮੰਮੀ ਨੂੰ ਨਵਾ ਦੀ, ਕਈ ਦਿਨ ਹੋ ਗਏ ਮਾਸੀ ਨਵਾ ਕੇ ਗਈ ਸੀ, ਨਾਲੇ ਵਾਲ ਪਾ ਦੀ। ਠੀਕ ਹੈ, ਇਹ ਕੋਈ ਕਹਿਣ ਵਾਲੀ ਗੱਲ ਹੈ? ਇਹ ਤਾਂ ਪਹਿਲਾਂ ਹੀ ਮੇਰੇ ਮਾਇੰਡ 'ਚ ਸੀਗਾ, ਤੁਸੀਂ ਭਾਵੇਂ ਕਹਿੰਦੇ ਭਾਵੇਂ ਨਾ ਕਹਿੰਦੇ, ਮੈਂ ਫਿਰ ਵੀ ਮੰਮੀ ਨੂੰ ਨਵਾ ਹੀ ਦੇਣਾ ਸੀ। ਉਹ ਚੱਲ ਠੀਕ ਆ, ਫੋਨ ਆ ਜਾਂਦਾ ਯਾਰ ਦਫ਼ਤਰ ਤੋਂ, ਮੈਨੂੰ ਜਾਣਾ ਜਲਦੀ। ਚੱਲ ਠੀਕ ਹੈ, ਚੰਗਾ, ਠੀਕ ਹੈ, ਓਕੇ ਬਾਏ। ਓਕੇ ਜੀ।
ਮੰਮੀ ਜੀ, ਤੁਹਾਡਾ ਲਾਲ ਨਾ ਮੈਨੂੰ ਆਰਡਰ ਲਾ ਕੇ ਗਿਆ ਵੀ ਅੱਜ ਮੰਮੀ ਨੂੰ ਇਸ਼ਨਾਨ ਕਰਾ ਦੀ। ਮੇਰਾ ਜੀ ਕਰਦਾ ਮੈਂ ਤਾਂ ਤੇਰੇ ਵਟਣਾ ਮਲਦਾ ਹਲਦੀ ਤੇ ਬੇਸਣ ਪਾ ਕੇ। ਚੱਲ ਹੋ ਖੜੀ। ਬੇਬੇ ਤੇਰੇ ਕੋਲ ਆਉਣ ਨੂੰ ਤਾਂ ਮੇਰਾ ਜਮਾ ਜੀ ਨਹੀਂ ਕਰਦਾ, ਇੰਨੀ ਮੁਸ਼ਕ ਆਉਂਦੀ ਹੈ, ਪਰ ਕੀ ਕਰਾਂ ਤੇਰੇ ਮੁੰਡੇ ਦੀ ਤਾਂ ਮੰਨਣੀ ਪੈਣੀ ਹੈ। ਚੱਲ ਹੋ ਬੇਬੇ ਖੜੀ, ਤੇਰਾ ਬਾਲਣ ਫੁੱਕਣ ਤਾਂ ਕਰਨਾ ਹੀ ਪੈਣਾ, ਹੋ ਜਾ ਬੇਬੇ। ਗੱਲ ਗੱਲ ਤੇ ਬੁੱਕਣ ਲੱਗ ਜਾਂਦੀ ਹੈ, ਤੈਨੂੰ ਕੀ ਲੱਗਦਾ ਆ ਚਾਰ ਹੰਝੂ ਪਾਏਗੀ ਤੇ ਮੈਂ ਤੇ ਤਰਸ ਕਰ ਲਾਂਗੀ ਜਾਂ ਮੈਂ ਬਦਲ ਜਾਂਗੀ? ਇਹ ਨਹੀਂ ਹੋ ਸਕਦਾ, ਮੈਂ ਤਾਂ ਪਾਪਣ ਆ, ਪਾਪਣ ਹੋ ਵੀ ਸਿਰੇ ਦੀ।